ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਮਰੀਕਾ ਦੇ ਬੰਦਿਆਂ ਦੀ ਗੱਲ ਕਰਨ ਲੱਗੇ, ਕਹਿੰਦਾ ਯੂਐਸ ਵਾਲੇ ਬੰਦੇ ਛੇਤੀ ਜੱਜ ਨਹੀਂ ਹੁੰਦੇ। ਅੰਦਾਜ਼ਾ ਲੱਗਦਾ ਨਹੀਂ ਪਾਇਆ ਪੈਂਟ ਕੋਟ ਦੇਖ ਕੇ, ਦੰਦਲਾਂ ਪੈਂਦੀਆਂ ਦੰਦਲਾਂ, ਝਾਖੜ ਜੇ ਬੁੱਢੇ ਦਾ ਬਾਜ ਵਾਲਾ ਪਾਸਪੋਰਟ ਦੇਖ ਕੇ, ਕੰਮ ਕੀਤਾ ਹੋਵੇ ਜੇ ਇੱਥੇ ਨੀਤ ਨਾਲ, ਰੇਂਜ ਰੋਵਰ ਨੂੰ ਵੀ ਹੱਥ ਪੈਂਦਾ ਕਰ ਦਿੰਦਾ, ਘਰ 'ਚ ਹੋਵੇ ਕੋਈ ਬੁੱਢਾ ਠੇਰਾ ਚੱਲਣ ਵਾਲਾ ਉਹਨੂੰ ਵੀ 5-7 ਸਾਲ ਹੋਰ ਬਹਿੰਦਾ ਕਰ ਦਿੰਦਾ। ਅਮਰੀਕਾ ਪਹੁੰਚ ਕੇ ਵਕਤ ਜਾਇਆ ਨਹੀਂ ਕਰੀਦਾ, ਇੱਕ ਇੱਕ ਮਿੰਟ ਦਾ ਲਾਹਾ ਤੱਕੀਦਾ, ਬਾਕੀ ਇਹਨਾਂ ਨੇ ਕਿਹੜਾ ਸੰਗੜ ਲਾਏ ਆ, ਐਵੇਂ ਨਹੀਂ ਬੂਕੀ ਜਾਈਦਾ, ਹੌਸਲਾ ਰੱਖੀਦਾ। ਤੰਗੀਆਂ ਤੋਸ਼ੀਆਂ ਕੱਟ ਕੇ ਜੋ ਅਮਰੀਕਾ ਪਹੁੰਚਦੇ ਨੇ, ਘੋੜੇ ਮੰਨੇ ਜਾਂਦੇ ਆ ਲੰਮੀ ਰੇਸ ਵਾਲੇ, ਆਪਣੇ ਆਪ 'ਚ ਸਿਡਿੰਗ ਇੰਜਨ ਦੀ ਪਾਵਰ ਰੱਖਦੇ ਆ ਬੰਦੇ, ਪੋਲੀਟੀਕਲ ਅਸਾਲਮ ਦੇ ਕੇਸ ਵਾਲੇ, ਹਾਂਡੀ ਕਰਦੇ ਆ ਜਦੋਂ ਇੱਥੋਂ ਡਾਲਰਾਂ ਦੀ ਬਗਾਨਾ ਨੋਟਾਂ ਵਾਲਾ ਝੋਲਾ ਘਰੇ ਸਿਰਹਾਣੇ ਧਾਰ ਆਉਂਦਾ, ਹੱਥੀ ਖੜਾ ਕੀਤਾ ਇੰਡੀਆ 'ਚ ਕਾਰੋਬਾਰ ਦੇਖ ਕੇ, ਕਦੇ ਕਦੇ ਹੌਸਲੇ 'ਚ ਗਲ ਭਾਰ ਆਉਂਦਾ, ਲਾ ਕੇ 2 ਟਾਈਮ ਫੋਨ ਇੰਡੀਆ ਨੂੰ, ਐਵੇਂ ਝੱਗ ਨਹੀਂ ਮਾਰਦੇ ਬਿਨਾਂ ਕਿਸੇ ਗੱਲ ਤੋਂ, ਵਕਾਲਤ ਕਰਨੀ ਸਿੱਖ ਗਏ ਇਹਨਾਂ ਮੁਲਕਾਂ ਦੀ, ਬੰਦਾ ਮੁੜਦਾ ਨਹੀਂ ਪਿੱਛੇ ਬਿਨਾਂ ਕਿਸੇ ਹੱਲ ਤੋਂ, ਹਰ ਬੰਦਾ ਬਰਾਬਰ ਦਾ ਇੱਥੇ, ਫੋਟੋ ਦੇ ਚੱਕਰ 'ਚ ਫੂਕ ਨਹੀਂ ਛਕਾਉਂਦੇ ਬਹੁਤੀ ਗਾਉਣ ਵਾਲਿਆਂ ਨੂੰ। ਅਮਰੀਕਾ ਦਾ ਦੂਜਾ ਨਾਂ ਹੈ ਹਾਰਡ ਵਰਕ, ਬਾਕੀ ਇੰਡੀਆ ਝੱਲਦਾ ਕੌਲਾ ਸਾਗ ਦਾ ਚੱਟ ਕੇ ਸੌਣ ਵਾਲਿਆਂ ਨੂੰ। 2 ਨੰਬਰ 'ਚ ਆਏ ਬੰਦੇ ਨੂੰ ਲੰਡੂ ਨਹੀਂ ਜਾਣੀਦਾ, ਆਉਣਾ ਸੌਖਾ ਨਹੀਂ ਧੱਕੇ ਖਾ ਖਾ ਕੇ, ਬੜੇ ਬੜੇ ਸੱਪ ਪਹੁੰਚੇ ਹੋਏ ਨੇ ਇੱਥੇ ਮਸੀਕੋ ਵੱਲ ਦੀ ਡੌਂਕੀਆਂ ਲਾ ਲਾ ਕੇ, ਰੱਜ ਕੇ ਸ਼ਰਾਬ ਨਾਲ ਦਵਿੰਦਰ ਕੋਹੀਨੂਰ ਸੁਣਨ ਵਾਲਿਆਂ ਦੇ ਆਪਾਂ ਸਖ਼ਤ ਖਿਲਾਫ਼ ਹਾਂ। ਔਲਾਦ ਦੇ ਹੁੰਦਿਆਂ ਮਾਂ ਪਿਓ ਦੁੱਖ ਭੋਗੇ ਤਾਂ ਇਸੇ ਵਕਤ ਖਿਲਾਫ਼ ਹਾਂ। ਮਾਪਿਆਂ ਦੇ ਸਿਰ ਤੇ ਬੋਝ ਬਣਨ ਨਾਲੋਂ ਡੌਂਕੀ ਵਾਲਾ ਨਰਕ ਕੱਟਿਆ ਠੀਕ ਹੈ, ਇੰਡੀਆ 'ਚ ਚਿੱਟੇ ਲਾ ਲਾ ਕੇ ਮਰਨ ਨਾਲੋਂ ਬਰਨਾਲੇ ਵਾਲਿਆ ਬਾਰਡਰ ਟੱਪੇ ਠੀਕ ਹੈ, ਬਰਨਾਲੇ ਵਾਲਿਆ ਬਾਰਡਰ ਟੱਪੇ ਠੀਕ ਆ।